ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਭ ਬਾਖੂਬੀ ਜਾਣਦੇ ਹੋ ਕਿ ਪੂਰੀ ਦੀ ਪੂਰੀ ਸਿੱਖ ਕੌਮ ਦੇ ਵਿੱਚ ਬੀਤੇ ਕਈ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ਼ ਹੈ, ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿੱਥੇ ਹੋਈਆਂ ਉੱਥੇ ਹੀ ਦੋਸ਼ੀਆਂ ਦਾ ਅਜੇ ਤੱਕ ਕੋਈ ਥਾਂ ਟਿਕਾਣਾ ਨਹੀਂ ਪਤਾ ਲੱਗਿਆ। ਬੇਸ਼ੱਕ ਜਿੰਨੇ ਮਰਜ਼ੀ ਕਮਿਸ਼ਨ ਬਣਾਏ ਗਏ ਹੋਣ, ਜਿੰਨੀਆਂ ਮਰਜ਼ੀ SIDs ਗਠਿਤ ਕੀਤੀਆਂ ਗਈਆਂ ਹੋਣ, ਪਰ ਰਿਜ਼ਲਟਸ ਦੇ ਨਾਮ ਦੇ ਉੱਤੇ ਸਿਰਫ ਤੇ ਸਿਰਫ ਅਜੇ ਤੱਕ ਕੌਮ ਨੂੰ ਗੱਲਾਂ ਬਾਤਾਂ ਨਾਲ ਹੀ ਸਾਰਨਾ ਪਿਆ ਹੈ। ਪਰ ਕੌਮ ਦਾ ਦਰਦ ਰੱਖਣ ਵਾਲੇ ਕੁਝ ਅਜਿਹੇ ਵੀ ਸਿੱਖ ਬੁੱਧੀਜੀਵੀ ਹੈ ਨੇ ਜੋ ਪਸ਼ਚਾਤਾਪ ਕਰ ਰਹੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਰੋਸ਼ ਵਜੋਂ ਪਸ਼ਚਾਤਾਪ ਪੈਦਲ ਯਾਤਰਾ ਪਟਿਆਲਾ ਤੋਂ ਸ਼ੁਰੂ ਕੀਤੀ ਭਾਈ ਗੁਰਮਿੰਦਰ ਸਿੰਘ ਜੀ ਸਾਮਤ ਨੇ, ਜਿਹਨਾਂ ਨੇ ਇੱਕ ਸੰਦੇਸ਼ ਜਾਰੀ ਕਰ ਇਸ ਪਸ਼ਚਾਤਾਪ ਪੈਦਲ ਯਾਤਰਾ ਦਾ ਅਸਲ ਕਾਰਨ ਦੱਸਿਆ। ਇਸ ਸੰਦੇਸ਼ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਲਿਖਿਆ ਹੈ ਕਿ ਆਪ ਸਭ ਨੂੰ ਚੇਤੇ ਹੈ ਕਿ ਅਜੋਕੇ ਸਮੇਂ ਵਿੱਚ ਪੂਰੀ ਖਲਕਤ ਨੂੰ ਸੇਧ ਦੇਣ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੂਰੀ ਸਮਰੱਥ ਹੈ। ਹਿੰਦੂ ਸੰਤਾਂ, ਮੁਸਲਮਾਨ ਫਕੀਰਾਂ ਤੇ ਸਿੱਖ ਗੁਰੂਆਂ ਦੀ ਬਾਣੀ ਦੇ ਸੁਮੇਲ ਸਬਰ ਸਾਂਝੀਵਾਲਤਾ ਦੇ ਪ੍ਰਤੀਕ ਦੀਆਂ ਬੇਅਦਬੀਆਂ ਕੀਤੀਆਂ ਜਾਂਦੀਆਂ ਹਨ। ਦੋਸ਼ੀ ਫੜੇ ਨਹੀਂ ਗਏ, ਅਹਿੰਸਾ ਦੇ ਰਾਹ ਪੈ ਕੇ ਇਨਸਾਫ ਮੰਗਦੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਫਿਰ ਵੀ ਨਹੀਂ ਦੁਆ ਸਕੇ। ਹੋਰ ਤਾਂ ਹੋਰ ਪੂਰੀ ਦੁਨੀਆਂ ਵਿੱਚ ਤਨਾਟ ਕੌਮ ਦੀਆਂ ਆਪਣੀਆਂ ਵੰਡੀਆਂ ਕਾਰਨ ਅਸੀਂ ਆਪਣੇ ਗੁਰੂ ਸਾਹਿਬ ਦੀਆਂ ਹੁੰਦੀਆਂ ਬੇਹੁਰਮਤੀਆਂ ਰੋਕ ਨਹੀਂ ਸਕੇ। ਇਸੇ ਰੋਸ਼ ਤੇ ਪਸ਼ਚਾਤਾਪ ਦੀ ਅਗਨ ਨੂੰ ਆਪਣੇ ਸਰੀਰ ਤੇ ਮਹਿਸੂਸ ਕਰਨ ਕਾਰਨ ਮੈਂ ਪਸ਼ਚਾਤਾਪ ਯਾਤਰਾ ਕਰਨ ਦਾ ਫੈਸਲਾ ਕੀਤਾ ਹੈ। ਮੈਂ ਗੁਰੂ ਕਾ ਅਦਨਾ ਸਿੱਖ ਹਾਂ। ਤੁਹਾਨੂੰ ਦੱਸ ਦਈਏ ਕਿ ਇਹ ਪਸ਼ਚਾਤਾਪ ਯਾਤਰਾ 3 ਦਸੰਬਰ ਤੋਂ ਪਟਿਆਲਾ ਦੇ ਸ਼੍ਰੀ ਦੁਖਨਿਵਾਰਨ ਸਾਹਿਬ ਗੁਰੂ ਘਰ ਤੋਂ ਸ਼ੁਰੂ ਕੀਤੀ ਗਈ ਸੀ ਤੇ ਪਟਿਆਲੇ ਤੋਂ ਸ਼ੁਰੂ ਹੋਈ। ਗੁਰਮਿੰਦਰ ਸਿੰਘ ਜੀ ਸਾਮਤ ਦੀ ਇਹ ਪਸ਼ਚਾਤਾਪ ਯਾਤਰਾ ਨਾਭਾ ਮਲੇਰਕੋਟਲਾ ਤੋਂ ਹੁੰਦੇ ਹੋਏ ਅਲੱਗ ਅਲੱਗ ਸਥਾਨਾਂ ਤੋਂ ਹੁੰਦਿਆਂ ਬਰਗਾੜੀ ਇਨਸਾਫ ਮੋਰਚੇ ਤੱਕ ਪਹੁੰਚੇਗੀ। ਬਰਗਾੜੀ ਇਨਸਾਫ ਮੋਰਚੇ ਵਿਖੇ ਸੰਗਤ ਦੇ ਦਰਸ਼ਨ ਕਰਨ ਉਪਰੰਤ ਇਹ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਾ ਕੇ ਅਰਦਾਸ ਕਰਕੇ ਇਸ ਯਾਤਰਾ ਨੂੰ ਸਮਾਪਤ ਕਰਨਗੇ ਤੇ ਹਰ ਸਿੱਖ ਦਾ ਫਰਜ਼ ਬਣਦਾ ਹੈ ਗੁਰਮਿੰਦਰ ਸਿੰਘ ਜੀ ਸਾਮਦ ਜਿਸ ਵੀ ਇਲਾਕੇ ਦੇ ਵਿੱਚੋਂ ਯਾਤਰਾ ਲਈ ਨਿਕਲ ਰਹੇ ਹੋਣ, ਹਰ ਸਿੱਖ ਇਹਨਾਂ ਦਾ ਸਾਥ ਦਿੰਦਿਆਂ ਇਹਨਾਂ ਦਾ ਕਾਫਲਾ ਵਧਾਉਂਦਾ ਜਾਵੇ ਤਾਂ ਜੋ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਪਸ਼ਚਾਤਾਪ ਅਸੀਂ ਵੀ ਆਪਣੇ ਸਰੀਰ 'ਤੇ ਹੰਢਾ ਸਕੀਏ, ਉਸਦਾ ਰੋਸ਼ ਜਤਾ ਸਕੀਏ। ਤੁਹਾਨੂੰ ਦੱਸ ਦਈਏ ਕਿ ਇਸ ਯਾਤਰਾ ਦੇ ਦੌਰਾਨ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਤੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਉਹਨਾਂ ਨੇ ਕੀ ਜਵਾਬ ਦਿੱਤਾ। ਆਓ ਪਹਿਲਾਂ ਗੁਰਮਿੰਦਰ ਸਿੰਘ ਜੀ ਸਾਮਤ ਦੀ ਗੱਲ ਸੁਣਦੇ ਹਾਂ ਤੇ ਉਸ ਤੋਂ ਬਾਅਦ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ। ਭਾਈ ਸਾਹਿਬ, ਇੱਕ ਕੁਐਸਚਨ ਸੀਗਾ ਕਿ ਭਾਈ ਸਾਹਿਬ ਜਿਵੇਂ ਕਿ ਪਸ਼ਚਾਤਾਪ ਯਾਤਰਾ ਕਰ ਰਹੇ ਨੇ, ਇਕੱਲੇ ਚੱਲੇ ਨੇ ਸਿੰਘ ਸਾਹਿਬ, ਇਹਨਾਂ ਦੇ ਪਸ਼ਚਾਤਾਪ ਵਾਸਤੇ ਹੋਰ ਵੀ ਕਈ ਕੁਐਸਚਨ ਛੱਡੇ ਨੇ ਕਿ ਆਪਾਂ ਪਸ਼ਚਾਤਾਪ ਘਰਾਂ 'ਚ ਪਾਠ ਕਰਕੇ ਵੀ ਕਰ ਸਕਦੇ ਹਾਂ, ਚੁਪਾਈ ਸਾਹਿਬ ਦਾ ਜਾਪ ਕਰਕੇ ਵੀ ਕਰ ਸਕਦੇ ਹਾਂ, ਅਤੇ ਉਹਨਾਂ ਬਾਰੇ ਤੁਸੀਂ ਇੱਕ ਛੋਟਾ ਜਿਹਾ ਸ਼ਬਦ ਕਹਿ ਦਿਓ, ਮੈਂ ਵੀ ਨਾਲ ਜਾ। ਗੁਰਮਿੰਦਰ ਸਿੰਘ ਸਾਹਿਬ ਬਿਲਕੁਲ, ਗੁਰੂ ਮਹਾਰਾਜ ਜੀ ਆਪ ਸਜ਼ਾ ਦੇਣਗੇ,
ਪਿੱਛੇ ਦੋ ਪਿੰਡਾਂ ਨੇ ਹਾਮੀ ਭਰੀ ਹੈ, ਕਕਰਾਲੇ ਵਿੱਚ ਵੀ, ਛਿੰਡਾਂ ਵਾਲੇ ਵਿੱਚ ਵੀ, ਭਲਵਾਨ ਵਿੱਚ ਵੀ ਕਿਹਾ ਜਾ ਰਿਹਾ ਕਿ ਪਸ਼ਚਾਤਾਪ ਪਾਠ ਅਸੀਂ ਕਰਵਾਵਾਂਗੇ, ਉਸ ਤੋਂ ਬਾਅਦ ਸ਼ੁਕਰਾਨਾ ਪਾਠ ਵੀ ਹੋਣਗੇ ਜਦੋਂ ਦੋਸ਼ੀ ਫੜੇ ਜਾਣਗੇ। ਇੱਦਾਂ ਦਾ ਉਪਰਾਲਾ ਐਸ ਜੀ ਪੀ ਸੀ ਵੱਲੋਂ ਵੀ ਕੀਤਾ ਜਾਏਗਾ? ਬਿਲਕੁਲ, ਅਸੀਂ ਵੀ ਕਰਾਂਗੇ, ਨਹੀਂ ਕਰ ਸਕਦੇ ਜੋ ਵੀ ਹੈਗਾ, ਅਸੀਂ ਤਾਂ ਪਹਿਲਾਂ ਵੀ ਕਰੇ ਨੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪਹਿਲਾਂ ਵੀ ਇਹ ਕੰਮ ਪਾਚਾਤਾਪ ਕਰਦੀ ਹੈ, ਜਿੱਥੇ ਵੀ ਕੋਈ ਹੁੰਦਾ ਉੱਥੇ ਖੰਡ ਪਾਠ ਵੀ ਕਰਾਏ ਜਾਂਦੇ ਨੇ, ਔਰ ਹਮੇਸ਼ਾ ਹੀ ਅਰਦਾਸਾਂ ਅਸੀਂ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਰਾਈ ਜਾਂਦੀਆਂ ਨੇ, ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਇਹ ਕੰਮ ਕਰਦੀ ਹੈ। ਧੰਨਵਾਦ ਜੀ। ਗੁਰਪਿਆਰਿਓ, ਤੁਸੀਂ ਲੌਂਗੋਵਾਲ ਜੀ ਦੀ ਗੱਲ ਸੁਣੀ ਹੋਏਗੀ, ਪਰ ਜਦੋਂ ਗੁਰਮਿੰਦਰ ਸਿੰਘ ਜੀ ਸਾਮਦ ਬੋਲ ਰਹੇ ਸਨ ਤੁਸੀਂ ਵੇਖਿਆ ਹੋਵੇਗਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਇਹ ਪਸ਼ਚਾਤਾਪ ਯਾਤਰਾ ਹੈ, ਤੇ ਜਦੋਂ ਗੁਰਮਿੰਦਰ ਸਾਮਦ ਜੀ ਸੰਬੋਧਿਤ ਕਰ ਰਹੇ ਸਨ, ਆਪਣੇ ਵਿਚਾਰ ਸਾਂਝੇ ਕਰ ਰਹੇ ਸਨ, ਸਾਰੇ ਜਾਣੇ ਖੜੇ ਹੋਏ ਸਨ, ਪਰ ਫਿਰ ਵੀ 4-5 ਸਿੰਘ ਅਜਿਹੇ ਸਨ ਜਿਹੜੇ ਉਹਨਾਂ ਦੇ ਸਾਹਮਣੇ ਕੁਰਸੀ ਉੱਤੇ ਬੈਠੇ ਹੋਏ ਸਨ। ਇਹ ਕਿਤੇ ਨਾ ਕਿਤੇ ਦਰਸਾਉਂਦਾ ਹੈ ਕਿ ਸਾਡੇ ਆਪਣਿਆਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਕਿੰਨਾ ਕੀ ਰੋਸ਼ ਹੈ, ਕਿੰਨਾ ਕੀ ਪਸ਼ਚਾਤਾਪ ਹੈ, ਜਿਹੜੇ ਪਸ਼ਚਾਤਾਪ ਯਾਤਰਾ ਦੇ ਵਿੱਚ ਸੰਬੋਧਨ ਕਰਦਿਆਂ ਵੀ ਖੜੇ ਨਹੀਂ ਹੋ ਸਕਦੇ। ਆਮ ਆਦਮੀ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਵੀ ਇਸ ਪਸ਼ਚਾਤਾਪ ਯਾਤਰਾ ਦਾ ਹਿੱਸਾ ਬਣੇ ਅਤੇ ਉਹਨਾਂ ਨੇ ਵੀ ਗੁਰਮਿੰਦਰ ਸਾਵੰਤ ਜੀ ਨੂੰ ਸਨਮਾਨਿਤ ਕੀਤਾ। ਪ੍ਰਧਾਨ ਜੀ, ਸਾਰਿਆਂ ਨੂੰ ਕਰਦੇ ਹਾਂ ਜੀ ਬੇਨਤੀ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੇ ਸਾਰੇ ਮੋਹਤਬਰ ਬੈਠੇ ਨੇ, ਮੇਰੀ ਬੇਨਤੀ ਸਾਰਿਆਂ ਨੂੰ ਇਹੀ ਆ ਕਿ ਜੋ ਗੁਰੂ ਸਾਹਿਬ ਦੇ ਅੰਗਾਂ ਨਾਲ ਹੋਇਆ, ਜੋ ਬੇਅਦਬੀਆਂ ਹੋਈਆਂ ਨੇ, ਉਹਦੇ ਵਿੱਚ ਅਸੀਂ ਵੀ ਸਾਰੇ ਦੋਸ਼ੀ ਹਾਂ, ਅਸੀਂ ਵੀ ਭਾਗੀ ਹਾਂ, ਕਿਉਂਕਿ ਅਸੀਂ ਅਵੇਸਲੇ ਹੋਏ ਹਾਂ ਆਪਣੇ ਕਰਤੱਵਾਂ ਤੋਂ, ਤਾਂ ਹੀ ਕਿਸੇ ਨੇ ਕਹਿਰੀ ਨਿਗਾਹ ਕੀਤੀ ਸਾਡੇ ਪਰਮੇਸ਼ੁਰ ਵੱਲ, ਅਤੇ ਪਸ਼ਚਾਤਾਪ ਕਰੀਏ। ਪਸ਼ਚਾਤਾਪ ਜਿੰਨੀ ਦੇਰ ਨਹੀਂ ਹੋਊਗਾ, ਉਦੋਂ ਤੱਕ ਸ਼ਬਦ ਗੁਰੂ ਦੀ ਜੋ ਸੇਧ ਹੈਗੀ ਆ, ਉਹਦੇ ਰਾਹ 'ਤੇ ਤੁਰਨਾ ਸਾਡੇ ਲਈ ਔਖਾ ਹੋਊਗਾ। ਔਰ ਜੋ ਸਿੱਖ ਪੰਥ ਇਸ ਵੇਲੇ ਪਾਰਟੀਬਾਜ਼ੀ ਵਿੱਚ ਵੰਡਿਆ ਗਿਆ, ਉਹ ਉਦੋਂ ਹੀ ਇਕੱਠਾ ਹੋਏ। ਸੋ ਸਿੰਘ ਸਾਹਿਬ ਨਾਲ ਕਾਰੋਬਾਰ ਜਿਹੜਾ ਹੈਗਾ ਜੁੜ ਰਿਹਾ ਹੈ, ਜਿਵੇਂ ਜਿਵੇਂ ਸੰਗਤਾਂ ਨੂੰ ਟਾਈਮ ਮਿਲ ਰਿਹਾ, ਸਾਰੇ ਨਾਲ ਹੋ ਕੇ ਜਿੰਨਾ ਜਮਾਂ ਜਿੰਨੇ ਕਦਮ ਚੱਲ ਸਕਦੇ ਨੇ ਨਾਲ ਚੱਲ ਰਹੇ ਨੇ। ਸੋ ਪਟਿਆਲੇ ਤੋਂ ਤਕਰੀਬਨ ਬਾਹਰ ਵੱਲ ਅਸੀਂ ਹੋ ਚੁੱਕੇ ਹਾਂ, ਅਤੇ ਅੱਗੇ ਫਿਰ ਪਟਿਆਲਾ ਕ੍ਰੋਸ ਕਰਕੇ ਨਾਭਾ ਵੱਲ ਇਹ ਜਾਣਗੇ ਜੀ। ਬਹਿਰਹਾਲ ਇਹ ਯਾਤਰਾ ਲਗਾਤਾਰ ਜਾਰੀ ਹੈ ਅਤੇ ਅਲੱਗ ਅਲੱਗ ਪਿੰਡਾਂ ਕਸਬਿਆਂ ਤੋਂ ਹੁੰਦੀ ਹੋਈ ਬਹੁਤ ਜਲਦ ਇਹ ਯਾਤਰਾ ਬਰਗਾੜੀ ਇਨਸਾਫ ਮੋਰਚੇ ਤੱਕ ਪੁੱਜੇਗੀ ਅਤੇ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਯਾਤਰਾ ਦਾ ਸਾਥ ਦੇਣ ਵਾਸਤੇ ਸੰਗਤ ਕਿੰਨੀ ਕੀ ਅੱਗੇ ਵੱਧਦੀ ਹੈ, ਸਰਦਾਰ ਗੁਰਮਿੰਦਰ ਸਿੰਘ ਸਾਮਤ ਦੇ ਨਾਲ ਕਾਫਲਾ ਕਿੰਨਾ ਕੀ ਬਣ ਕੇ ਬਰਗਾੜੀ ਇਨਸਾਫ ਮੋਰਚੇ ਤੱਕ ਪੁੱਜਦਾ ਹੈ, ਕਿਉਂਕਿ ਹਰ ਸਿੱਖ ਦਾ, ਹਰ ਧਰਮੀ ਦਾ ਫਰਜ਼ ਬਣਦਾ ਹੈ ਕਿਸੇ ਦੇ ਇਸ਼ਟ ਦੀਆਂ ਬੇਪਤੀਆਂ ਹੋਈਆਂ ਹੋਣ, ਬੇਅਦਬੀਆਂ ਹੋਈਆਂ ਹੋਣ, ਤਾਂ ਉਸ ਦੇ ਖਿਲਾਫ਼ ਅਸੀਂ ਪੂਰੇ ਜ਼ੋਰ ਨਾਲ ਹੱਕ ਸੱਚ ਦੀ ਆਵਾਜ਼ ਚੱਕੀਏ
ਤਾਂ ਜੋ ਸਰਕਾਰਾਂ ਦੇ ਕੰਨਾਂ ਤੱਕ ਉਹ ਆਵਾਜ਼ਾਂ ਪਹੁੰਚਣ ਅਤੇ ਕਾਰਵਾਈ ਜਲਦੀ ਕਰਦੇ ਹੋਏ ਉਹਨਾਂ ਬੇਅਦਬੀ ਦੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਕੌਮ ਦੇ ਬਣਦੇ ਹੋਏ ਹੱਕ ਕੌਮ ਨੂੰ ਦਵਾਏ ਜਾਣ। ਤੁਸੀਂ ਇਸ ਸਾਰੇ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।